ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਕਿੰਨੇ ਬੰਦੋਬਸਤ ਕੀਤੇ ਗਏ ਨੇ ਉਸ ਦੀ ਗਵਾਹੀ ਭਰਦੀਆਂ ਨੇ ਇਹ ਡਰੋਨ ਦੇ ਰਾਹੀਂ ਕਵਰ ਕੀਤੀਆਂ ਹੋਈਆਂ ਤਸਵੀਰਾਂ, ਜਿਸ ਦੇ ਵਿੱਚ ਲੋਹੇ ਦੇ ਬੈਰੀਕੇਡ, ਸੀਮੈਂਟ ਦੀਆਂ ਸਲੈਬਾਂ, ਕੰਡਿਆਲੀ ਤਾਰਾਂ, ਲੋਹੇ ਦੀਆਂ ਕਿੱਲਾਂ, ਕੰਟੇਨਰ ਦਿਖਾਈ ਦੇ ਰਹੇ ਨੇ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਕਿ ਕਿਸਾਨਾਂ ਦੇ ਲਈ ਬਾਰਡਰ ਨੂੰ ਟੱਪਣਾ ਇੰਨਾ ਸੌਖਾ ਨਹੀਂ। ਪੁਲਿਸ ਦੇ ਵੱਲੋਂ ਪਿਛਲੇ ਕਈ ਦਿਨ ਲਗਾ ਕੇ ਇਸ ਨੂੰ ਤਿਆਰ ਕੀਤਾ ਗਿਆ ਤਾਂ ਜੋ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਨਾ ਪਹੁੰਚ ਸਕਣ। ਇਹ ਤਸਵੀਰਾਂ ਡਰੋਨ ਦੇ ਰਾਹੀਂ ਕਵਰ ਕੀਤੀਆਂ ਗਈਆਂ ਨੇ। ਸੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੱਲ੍ਹ ਕਿਸਾਨਾਂ ਦੇ ਨਾਲ ਟਕਰਾਅ ਹੋਇਆ ਸੀ। ਹਾਲਾਂਕਿ ਪੁਲਿਸ ਨੇ ਥੋੜੇ ਜਿਹੇ ਬੈਰੀਕੇਡ ਤਾਂ ਚੱਕ ਕੇ ਸੁੱਟ ਦਿੱਤੇ, ਪਰ ਇੰਨਾ ਸੌਖਾ ਨਹੀਂ ਕਿਉਂਕਿ ਪੁਲਿਸ ਦੇ ਵੱਲੋਂ ਕਈ ਪੜਾਵਾਂ ਦੇ ਵਿੱਚ ਇਹ ਬੈਰੀਕੇਟਿੰਗ ਕੀਤੀ ਗਈ ਹੈ। ਸੜਕ ਦੇ ਦੋਵੇਂ ਪਾਸੇ ਆਉਣ ਅਤੇ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਤਾਂ ਜੋ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਇੱਥੋਂ ਨਾ ਲੰਘ ਸਕਣ। ਹਰਿਆਣਾ ਪੁਲਿਸ ਨੇ ਹੋਰ ਕਈ ਫੋਰਸਾਂ ਤੈਨਾਤ ਕੀਤੀਆਂ ਗਈਆਂ ਨੇ। ਹਾਲਾਂਕਿ ਕੱਲ੍ਹ ਇਹਨਾਂ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਛੱਡੇ ਗਏ ਸੀ। ਕਈ ਕਿਸਾਨ ਫੱਟੜ ਹੋਏ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਡਰੋਨ ਦੇ ਰਾਹੀਂ ਦੇਖੋ ਕਿਸ ਤਰੀਕੇ ਦੇ ਬੰਦੋਬਸਤ ਹਰਿਆਣਾ ਪੁਲਿਸ ਦੇ ਵੱਲੋਂ ਕੀਤੇ ਗਏ ਨੇ, ਕਿੰਨੀਆਂ ਲੇਅਰਾਂ ਨੇ ਜਿਹੜੀਆਂ ਸਾਫ਼ ਤੌਰ 'ਤੇ ਨਜ਼ਰ ਆ ਰਹੀਆਂ ਨੇ। ਔਰ ਕਿਸਾਨਾਂ ਦੇ ਲਈ ਹਰਿਆਣਾ ਦਾ ਬਾਰਡਰ ਟੱਪਣਾ ਇੰਨਾ ਸੌਖਾ ਨਹੀਂ ਕਿਉਂਕਿ ਕੰਡਿਆਲੀ ਤਾਰਾਂ ਵਿਛਾਈਆਂ ਹੋਈਆਂ ਨੇ, ਪੱਥਰ ਦੀਆਂ ਸਲੈਬਾਂ ਨੇ, ਕੰਟੇਨਰ ਨੇ, ਲੋਹੇ ਦੇ ਬੈਰੀਕੇਡ ਨੇ ਭਾਰੀ ਮਾਤਰਾ ਦੇ ਵਿੱਚ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ।